ਗੁੱਡ ਮਾਰਨਿੰਗ ਸਟੂਡੈਂਟਸ ਬੇਟਾ ਇੱਕ ਇੰਪੋਰਟੈਂਟ ਇਨ ਅਨਾਉਂਸਮੈਂਟ ਹੈ ਜੀ ਆਪਣੇ ਤੁਹਾਡੇ 10th ਦੀ CBSE ਦੀ ਬੋਰਡ ਦੀ ਡੇਟਸ਼ੀਟ ਆ ਚੁੱਕੀ ਹੈ ਤੇ ਪੇਪਰ ਆਫਲਾਈਨ ਹੋਣੇ ਨੇ ਸਾਰਿਆਂ ਨੂੰ ਇਹ ਤਾਂ ਪਤਾ ਹੀ ਹੁਣ ਚਲੋ ਆਪਾਂ ਡੇਟਸ਼ੀਟ ਨੂੰ ਡਿਸਕਸ ਕਰਦੇ ਹਾਂ ਜੀ 4 ਮਈ ਤੋਂ ਤੁਹਾਡੇ ਪੇਪਰ ਸ਼ੁਰੂ ਨੇ ਟਾਈਮ 10:30 ਤੋਂ 1:30 ਹੈ ਪਹਿਲਾਂ ਤੇ ਧਿਆਨ ਰੱਖਣਾ ਹੈ 10 ਵਜੇ ਤੋਂ ਲੈ ਕੇ 10:30 ਤੱਕ ਤਾਂ ਤੁਹਾਨੂੰ ਅਨਸਰ ਸ਼ੀਟ ਮਿਲਣਗੀਆਂ ਉਹਨੂੰ ਪੜਨ ਲਈ ਠੀਕ ਹੈ ਜੀ ਫੇਰ ਹੋ ਠੀਕ ਹੈ ਪਹਿਲਾ ਤਾਂ 10 ਤੋਂ ਲੈ ਕੇ 10.5 10 ਤੋਂ 10.5 ਤੁਹਾਨੂੰ ਅਨਸਰ ਸ਼ੀਟ ਭਰਨ ਲਈ ਦਿੱਤੀ ਜਾਊ 10.5 ਤੋਂ ਲੈ ਕੇ 10.5 ਤੋਂ ਲੈ ਕੇ 10 ਤੱਕ ਤੁਹਾਨੂੰ ਕੁਐਸਚਨ ਪੇਪਰ ਪੜਨ ਨੂੰ ਦਿੱਤਾ ਜਾਊਗਾ 10.5 ਤੋਂ ਲੈ ਕੇ 1:30 ਵਜੇ ਤੱਕ ਤੁਸੀਂ ਪੇਪਰ ਸੋਲਵ ਕਰਨਾ ਹੈ ਠੀਕ ਹੈ ਜੀ ਆਹ ਟਾਈਮਿੰਗ ਹੈ ਤੇ ਦੇਖੋ 4 ਮਈ ਤੋਂ ਪੇਪਰ ਸ਼ੁਰੂ ਨੇ 4 ਮਈ ਵਾਲਾ ਆਪਣੇ ਪੰਜਾਬ ਚ ਦਾ ਸ਼ਾਇਦ ਕਿਸੇ ਦਾ ਨਾ ਹੋਵੇ 6 ਮਈ ਨੂੰ ਇੰਗਲਿਸ਼ ਦਾ ਪੇਪਰ ਹੈ ਜੀ 10 ਮਈ ਨੂੰ ਹਿੰਦੀ ਦਾ ਪੇਪਰ ਹੈ ਠੀਕ ਹੈ 11 ਮਈ ਨੂੰ ਸ਼ਾਇਦ ਛੁੱਟੀ ਹੈ ਜੀ ਕਿਸੇ ਦਾ ਨਹੀਂ ਪੇਪਰ ਹੋਣਾ 11 ਮਈ ਨੂੰ ਆਹ ਡਿਫਰੈਂਟ ਸਬਜੈਕਟਸ ਨੇ ਲੈਂਗੁਏਜਸ ਦੇ ਉਹਦਾ ਪੇਪਰ ਹੈ 12 ਮਈ ਨੂੰ ਪੰਜਾਬੀ ਦਾ ਪੇਪਰ ਹੈ ਜੀ 13 ਮਈ ਨੂੰ ਆਲਮੋਸਟ ਸਾਰਿਆਂ ਨੂੰ ਛੁੱਟੀ ਹੋਣੀ ਆ ਕੋਈ ਲੈਂਗੁਏਜਸ ਦੇ ਪੇਪਰ ਨੇ ਪੰਜਾਬ ਚ ਦਾ ਕੋਈ ਨਹੀਂ ਹੋਣਾ ਫਿਰ ਉਸ ਤੋਂ ਬਾਅਦ 15 ਮਈ ਨੂੰ ਸਾਇੰਸ ਦਾ ਥਿਉਰੀ ਤੇ ਪ੍ਰੈਕਟੀਕਲ ਹੈ ਠੀਕ ਹੈ ਜੀ ਤੇ 17 ਮਈ ਨੂੰ ਪੇਂਟਿੰਗ ਦਾ ਪੇਪਰ ਹੈ 18 ਮਈ ਨੂੰ ਐਨਸੀਸੀ ਵਗੈਰਾ ਇਹ ਵੀ ਕੋਈ ਹੋਣਾ 18 ਮਈ ਦੀ ਇੱਕਦਰਾ ਦੀ ਛੁੱਟੀ ਹੋਇਆ ਤੁਹਾਨੂੰ 20 ਮਈ ਨੂੰ ਹੋਮ ਸਾਇੰਸ ਦਾ ਪੇਪਰ ਹੈ 21 ਨੂੰ ਮੈਥ ਦਾ ਪੇਪਰ ਹੈ ਮੈਥ ਮੀਨ ਹੈ 20 ਤਰੀਕ ਵੀ ਰੇਅਰ ਹੋਣੇ ਆ ਐਵੇਂ 22 ਤਰੀਕ ਨੂੰ ਥੋੜਾ ਅਲੱਗ-ਅਲੱਗ ਲੈਂਗੁਏਜਸ ਦਾ ਪੇਪਰ ਇਹ ਵੀ ਸ਼ਾਇਦ ਹੋਵੇ 25 ਤਰੀਕ ਨੂੰ ਵੀ ਲੈਂਗੁਏਜਸ ਦਾ ਪੇਪਰ ਹੈ ਵੀ ਕਿਸੇ-ਕਿਸੇ ਦਾ ਹੋਊਗਾ ਜੀ ਇਹ ਵੀ ਸਾਰਿਆਂ ਦਾ ਨਹੀਂ ਹੋਣਾ 27 ਤਰੀਕ ਨੂੰ ਸੋਸ਼ਲ ਸਟੱਡੀਜ਼ ਐਸਐਸ ਦਾ ਪੇਪਰ ਹੈ 29 ਤਰੀਕ ਨੂੰ ਇਨ ਆਈਟੀ ਦਾ ਪੇਪਰ ਹੈ 31 ਤਰੀਕ ਨੂੰ ਫੇਰ ਇਹ ਲੈਂਗੁਏਜ ਅਲੱਗ-ਅਲੱਗ ਵੋਕੇਸ਼ਨਲ ਸਟਰੀਮਸ ਦੇ ਪੇਪਰ ਨੇ ਸ਼ਾਇਦ ਹੋਵੇ ਕਿਸੇ ਦਾ ਐਵੇਂ ਫੇਰ 2 ਜੂਨ ਨੂੰ ਸੰਸਕ੍ਰਿਤ ਦਾ ਪੇਪਰ ਹੈ ਜੀ ਤੇ 7 ਜੂਨ ਨੂੰ ਕੰਪਿਊਟਰ ਸਾਇੰਸ ਦਾ ਪੇਪਰ ਹੈ ਕਲੀਅਰ ਹੈ ਜੀ ਲੋ ਜੀ ਇਹ ਤੁਹਾਡੀ ਡੇਟ ਸ਼ੀਟ ਸਿਗੀ ਹੁਣ ਤੁਹਾਡੇ ਪੇਪਰ 4 ਮਈ ਤੋਂ ਲੈ ਕੇ 10ਵੀਂ ਦੇ 7 ਜੂਨ ਤੱਕ ਪੇਪਰ ਚੱਲੇ ਨੇ ਟਾਈਮ ਤੁਹਾਡਾ ਉਹੀ ਹੈ 10:30 ਤੋਂ ਲੈ ਕੇ 1:30 ਵਜੇ ਤੱਕ ਦਾ ਤੇ ਅੱਧੇ ਘੰਟੇ ਚ ਪਹਿਲਾਂ ਤੁਹਾਨੂੰ ਐਗਜ਼ਾਮ ਦੇ ਜਾਣਾ ਹੋਊਗਾ 10 ਤੋਂ 10:30 ਤੁਸੀਂ ਅਨਸਰ ਸ਼ੀਟ ਦੇ ਜਿਹੜੇ OMR ਸ਼ੀਟ ਉਹ ਫਿਲ ਕਰਨੀ ਹੈ ਸਵਾ 10 ਤੋਂ ਲੈ ਕੇ 10:30 ਤੱਕ ਤੁਸੀਂ ਕੁਐਸਚਨ ਪੇਪਰ ਪੜ੍ਹਨਾ ਹੈ 10:30 ਤੋਂ ਲੈ ਕੇ 1:30 ਤੱਕ ਕੁਐਸਚਨ ਪੇਪਰ ਸੋਲਵ ਕਰਨਾ ਹੈ ਠੀਕ ਹੈ ਜੀ ਇਹ ਡੇਟਸ਼ੀਟ ਹੈ ਤੁਹਾਡੀ ਜੇ ਫਿਰ ਵੀ ਕੋਈ ਪ੍ਰੋਬਲਮ ਹੋਵੇ ਡੇਟਸ਼ੀਟ ਦੇ ਰਿਗਾਰਡਿੰਗ ਤਾਂ ਮੈਨੂੰ ਕਮੈਂਟ ਬਾਕਸ 'ਸ ਮੈਸੇਜ ਕਰੋ ਥੈਂਕ ਯੂ ਹੈਵ ਅ ਨਾਈਸ ਡੇ ਆਲ ਦੀਸ ਵੈਸ